ਮੇਰੇ ਕੋਲ ਬਹੁਤ ਹੀ ਛੋਟੀ ਨਹੀਂ ਬਹੁਤ ਹੀ ਵੱਡੀ ਗਲਤੀ ਹੋ ਗਈ। ਸੋਚਿਆ ਨਹੀਂ ਆ ਕਿ ਇਹ ਸਭ ਵੀ ਹੋ ਸਕਦਾ ਹੈਗਾ। ਪਹਿਲੇ ਤਾਂ ਜ਼ਿਹਨ 'ਚ ਹੀ ਕੋਈ ਨਹੀਂ ਆ ਗਿਆ ਕਿ ਵੀ ਇਹ ਪਰੇਸ਼ਾਨੀ ਬਣੇਗੀ। ਰੋਟੀ ਖਾਣੀ ਬੋਨਾ ਬੜਾ ਪਿਆਰ ਕਰਦੇ ਗਮਾ ਨੇ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਨੇ ਤਮਾਮ ਭੈਣ ਭਾਈਆਂ ਦੇ? ਉਮੀਦ ਕਰਨਾ ਸਾਰੇ ਠੀਕ ਹੋਣਗੇ, ਜਿੱਥੇ ਵੀ ਉਹ ਖੁਸ਼ ਰਹੋ, ਬਾਦ ਰਹੋ, ਹਮੇਸ਼ਾ ਹੱਸਦੇ ਵਸਦੇ ਰਹੋ। ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ। ਮੈਂ ਬਿਲਕੁਲ ਠੀਕ, ਉਮੀਦ ਕਰਨਾ ਮੇਰੇ ਵੇਖਣ ਨਾਲ ਚਾਹੁਣ ਨਾਲ ਤਮਾਮ ਭੈਣ ਭਾਈ ਬਿਲਕੁਲ ਠੀਕ ਹੋਣਗੇ। ਵੈਲਕਮ ਬੈਕ, ਗੁੱਡ ਮਾਰਨਿੰਗ ਤਮਾਮ ਭੈਣ ਭਾਈਆਂ ਨੂੰ, ਸੁਬਹ ਬਖੈਰ। ਅੰਮੀ ਹੋਰੀ ਇੱਧਰ ਜੀ ਧੋ ਰਹੇ ਨੇ ਜੀ ਬਰਤਨ ਸੁਬਹ ਨਾਲ। ਚਾਹੇ ਬਣ ਕੇ ਗਏ ਹੁਣ ਬਣਨੇ, ਚਲੋ ਸਹੀ। ਅੰਮੀ ਹੋਰੀ ਬਣਾ ਧੋ ਰਹੇ ਨੇ ਜੀ ਬਰਤਨ, ਅਤੇ ਚੱਲ ਕੇ ਵੇਖਦੇ ਹਾਂ। ਅੱਗ ਸ਼ੱਗ ਜ਼ਿਆਦਾ ਥੋੜ੍ਹੀ ਬਾਲੀ ਹੈਗੀ, ਹੁਣ ਵੇਖੋ ਕਾਫੀ ਜ਼ਿਆਦਾ। ਬੁੱਝੀ ਹੋਰੀ ਵੀ ਆ ਗਏ ਨੇ, ਅਤੇ ਤਾਰ ਜਿਹੜੀ ਨਾ ਮੈਂ ਉਸ ਸਾਈਡ 'ਤੇ ਨਾਲ ਨਾਲ ਪਾ ਦਿੱਤੀ ਹੈਗੀ, ਅਤੇ ਅੱਜ ਜੇ ਸਫਾਈ ਸੁਥਰਾਈ ਮਜ਼ੀਦ ਕਰਨੀ ਇਨਸ਼ਾਅੱਲਾ। ਇਸ ਜਗ੍ਹਾ ਨੂੰ ਪੂਰੇ ਸ਼ੋਰੇ ਚਾਹ ਕੇ ਉੱਥੇ ਖੜ੍ਹੇ ਕਰਕੇ ਇੱਥੇ ਮਿੱਟੀ ਸੱਟਾਂਗੇ ਇਨਸ਼ਾਅੱਲਾ। ਭਾਈ ਉਹਨਾਂ ਨੂੰ ਕਹਿਣਾ ਹੈਗਾ ਜੇ ਸਰਦੀ 'ਚ ਆਉਂਦੇ ਤਾਂ, ਅਗਰ ਨਾ ਸੱਟੀ ਤਾਂ ਫਿਰ ਵੀ ਕੋਈ ਨਹੀਂ, ਕਿਉਂ ਕਹਿਣਾ। ਬਸ ਥੋੜ੍ਹੇ ਬਹੁਤ ਹੈਗੇ, ਅਤੇ ਇੱਧਰ ਜੀ ਹੀਰਾ ਬੈਠੀ ਅੱਗ 'ਤੇ, ਚਾਹ ਦਾ ਪਾਣੀ ਜਿਹੜਾ ਰੱਖ ਦਿੱਤਾ ਹੈਗਾ। ਇੱਥੇ ਹੈਗੀ ਮੇਰੇ ਕੋਲ ਅੱਗ 'ਤੇ ਬੈਠੀ ਹੈਗੀ, ਅਤੇ ਚੱਲਦੇ ਹਾਂ ਜੀ ਆਉਂਦਾ ਪਿਆ, ਅਤੇ ਚੱਲਦੇ ਹਾਂ, ਚੱਲ ਕੇ ਵੇਖਦੇ ਹਾਂ ਮੁਹੰਮਦ ਈਸਾ ਦੇ ਸੂਰਤ ਹਾਲ 'ਤੇ ਜੇ ਅੱਗ ਬਾਲਦੇ ਹਾਂ। ਠੰਡ ਜਿਹੜੀ ਕਾਫੀ ਜ਼ਿਆਦਾ ਹੈ ਜੀ। ਸੌਂ ਗਿਆ ਮੁਹੰਮਦ ਈਸਾ? ਕੋਈ ਨਾ, ਜਾਗਦਾ ਫਿਰਦਾ ਹੈਗਾ। ਅੱਛਾ ਟੋਪੀ ਇਹਨੂੰ ਕਰਾ, ਠੰਡ ਬੜੀ ਹੈਗੀ, ਅਤੇ ਮੈਂ ਅੱਗ ਸ਼ੱਗ ਬਾਲ ਕੇ ਲੈਣਾ, ਸਹੀ ਹੈ? ਇੱਥੇ ਬਾਹਰ ਅੱਗ ਬਾਲੀ, ਮੋਬਾਈਲ ਅੰਦਰ ਚਾਰਜਿੰਗ 'ਤੇ ਲਗਾ ਕੇ ਥੋੜ੍ਹੀ ਬਹੁਤ ਬਾਲ ਗਈ ਹੈਗੀ, ਅਤੇ ਨਾ ਹੁਣ ਮੇਰਾ ਦਿਲ ਲੱਗ ਗਿਆ, ਅੱਗ ਤਾਂ ਬਲਦੀ ਪਏਗੀ। ਬੇਗਮ ਜਿਹੜੀ ਹੈ ਨਾ ਉਹ ਅੰਦਰ ਲੈ ਕੇ ਬੈਠੀ ਜੀ, ਬੱਚਿਆਂ ਨੂੰ ਹੀਰਾ ਨੂੰ ਅੰਦਰ ਹੀ ਫੜਾ ਦਿੱਤਾ, ਅਤੇ ਮੁਹੰਮਦ ਈਸਾ ਨੂੰ, ਅਤੇ ਮੈਂ ਜਿਹੜਾ ਮੈਂ ਕਿਹਾ ਮੈਂ ਆਪਣਾ ਕੰਮ ਟਾਈਮੋ ਟਾਈਮ ਸਟਾਰਟ ਕਰ ਲਾਂ। ਅਜੇ ਤਾਂ ਨਾਸ਼ਤਾ ਪਾਣੀ ਬਣ ਰਿਹਾ ਹੈਗਾ, ਅਤੇ ਕੰਮ ਜਿਹੜਾ ਕਰਨਾ ਹੈਗਾ ਉਹ ਤੁਹਾਨੂੰ ਦੱਸਿਆ ਹੀ ਹੈਗਾ ਕਿ ਆਹ ਜਿਹੜੇ ਇੱਟਾਂ ਆਹ ਵੀ ਚਾਹਣ ਲੱਗਾ, ਇੱਟਾਂ ਹੀ ਚਾਹਣ ਲੱਗਾ, ਬਾਅਦ ਬੂਟੇ ਪੱਟਣੇ ਨੇ, ਕੰਮ ਜਿਹੜਾ ਵਿਆਹ ਲੇਵਲ ਕਰਨਾ ਹੈਗਾ, ਅਤੇ ਮਿੱਟੀ ਸੜਨੀ, ਇਹ ਕੰਮ ਕਾਫੀ ਹੈਗਾ। ਅੱਗ ਜੀ ਮੁਹੰਮਦ ਈਸਾ ਵਾਸਤੇ ਬਲੀ ਖਲੋਤੀ ਹੈਗੀ, ਅਤੇ ਨਾਲ ਪੀਣ ਲੱਗਿਆ ਜੀ ਚਾਏ, ਜਿੰਨੇ ਜਿੰਨੀ ਪੀਣੀ ਆ ਜਾਓ, ਮੋਸਟ ਵੈਲਕਮ। ਜਿਹੜੀ ਬਲ ਗਈ ਲੈ ਕੇ ਚੱਲਦੇ ਹਾਂ ਅੰਦਰ ਕਮਰੇ ਦੇ ਵਿੱਚ ਮੁਹੰਮਦ ਈਸਾ ਲਈ। ਅੰਦਰ ਲੈ ਕੇ ਆ ਗਿਆ, ਅਤੇ ਮੁਹੰਮਦ ਈਸਾ ਜੇ ਨਾ ਸੁੱਤਾ ਪਿਆ ਗਿਆ, ਹੁਣ ਉੱਠ ਗਿਆ ਸਰਕਾਰਾਂ, ਰੋਟੀ ਛੋਟੀ ਖਾ ਲਓ। ਹੈ ਠੰਡ ਇੰਨੀ ਹੈ ਨਾ, ਜਿਹੜਾ ਦਿਲ ਹੈ ਉਹ ਇਹ ਆਖ ਨਹੀਂ ਰਿਹਾ ਹੈਗਾ ਕੰਮ ਕਰ, ਲੇਕਿਨ ਕਰਨਾ ਹੈਗਾ। ਅੱਬੂ ਜੀ ਹੋਰਾਂ ਨੇ ਪਹਿਲਾਂ ਚੱਲਿਆ, ਅੱਬੂ ਹੋਰੀ ਬੈਠੇ ਨੇ ਤੇਰੀ ਦੁਕਾਨ 'ਤੇ। ਹਾਂਜੀ ਸਰ, ਠੰਡ ਹੈ? ਠੰਡ ਹੈ ਮੈਂ ਕਿਹਾ, ਅੱਛਾ ਅੱਛਾ, ਅੱਜ ਸਰਦੀ ਹੈ ਸਰ। ਅੱਜ ਜਿਹੜਾ ਨਾ ਬਿੱਲ ਵੀ ਤਾਰਨਾ ਹੈਗਾ, ਬਿੱਲ ਇਸ ਵਾਰੀ ਅੱਲਾ ਦਾ ਸ਼ੁਕਰ ਹੈ ਬਚ ਬਚਾ ਹੋ ਗਿਆ। ਪਿੱਛੇ ਤਾਂ ਵੇਖੋ ਡਬਲ ਡਬਲ ਲਾ ਛੜਿਆ ਨੇ, 12,000-18,000, ਇਸ ਵਾਰੀ ਦੇਖਦੇ ਹਾਂ ਕਿੰਨਾ ਆਇਆ ਜੀ, 2,748 ਰੁਪਏ ਬੱਚਤ ਹੋ ਗਈ ਹੈ। ਕਿਉਂਕਿ ਨਾ ਅਸੀਂ ਇਸਤੇਮਾਲ ਹੀ ਬਹੁਤ ਜ਼ਿਆਦਾ ਕੰਮ ਕਰਨੇ ਹਾਂ ਬਿਜਲੀ, ਜਿੰਨੀ ਹੋ ਸਕੇ ਫਕਤ ਇੱਕ ਮੋਟਰ ਦਾ ਇਸਤੇਮਾਲ ਹੁੰਦਾ ਹੈ, ਹਾਂ, ਜਾਂ ਕੰਪਿਊਟਰ ਜਾਂ ਐਲ ਸੀ ਡੀ ਹੈਗੀ ਜਿਹੜੀ ਉੱਧਰ ਫੈਮਿਲੀ ਲਈ ਲਾਈ ਹੋਈ ਆ ਬਸ। ਇਸ ਤੋਂ ਇਲਾਵਾ ਹੋਰ ਕੋਈ ਸਾਡੇ ਨਾ ਕੋਈ ਹੀਟਰ ਨਾ ਕੋਈ ਹੋਰ ਮਤਲਬ ਕਿ ਸ਼ਾਇ ਹੈਗੀ, ਫਕਦਾ ਹੀ ਹੈਗਾ। ਮੋਮਬੱਤੀਆਂ ਚਾਹ ਲੀਆਂ ਗੀਆਂ, ਅਤੇ ਬੇਗਾ ਮੈਂ ਤਾਂ ਕੀ ਕਰ ਰਹੀ ਹਾਂ, ਚਲੋ ਦਿਓ ਸਰ। ਆਹ ਬੂਜੀ ਮੋਮਬੱਤੀਆਂ ਲਾਓ, ਖੁਸ਼ਬੂਆਂ ਦੁਕਾਨ ਫੈਲਾਓ, ਅੱਲਾਹ ਦਾ ਜ਼ਿਕਰ ਵੀ ਨਾਲ ਲਾਓ ਤੇ ਕਰੋ। ਸਿਸਟਰ ਨੇ ਮੈਨੂੰ ਦੱਸਿਆ ਹੈਗਾ ਕਿ ਮੈਂ ਮੋਮਬੱਤੀਆਂ ਕਹਿ ਦਿੱਤੀਆਂ ਨੇ, ਅਗਰਬੱਤੀਆਂ ਨੇ, ਦਿਨ ਚੋਂ ਹੀ ਨਿਕਲ ਗਿਆ, ਇਹਨੂੰ ਅੱਗ ਲਾ ਕੇ ਅਤੇ ਢੁੰਗ ਦਿਓ। ਅਤੇ ਮੇਰਾ ਦਿਲ ਲਾ ਗਿਆ, ਬਿੱਲ ਵੇਖ ਲਿਆ ਹੈਗਾ, ਅਤੇ ਟੈਨਸ਼ਨ ਬਣ ਗਈ। ਮੇਰਾ ਦਿਲ ਸੀਗਾ ਕਿ ਮੈਂ ਇੱਕ ਘੜੀ ਅੱਜ ਲੈ ਕੇ ਹੋਰ ਆ ਜਾਵਾਂ, ਅਤੇ ਉਹ ਇਹ ਹੋਇਆ ਕਿ ਮੈਂ ਕਿ ਚਲੋ ਥੋੜ੍ਹੀ ਮਜ਼ੀਦ ਛੱਤ ਜਿਹੜੀ ਵੱਧ ਜਾਵੇਗੀ, ਇੱਕ ਕਰਕੇ ਮੈਂ ਇੱਟਾਂ ਤਾਂ ਪਈਆਂ ਨੇ, ਇੱਕ ਕਰਕੇ ਵਧਾਈ ਜਾਵਾਂ, ਲੇਕਿਨ
ਉਹ ਹੁਣ ਬਿੱਲ ਵੇਖਿਆ ਤੇ ਬਿੱਲ ਤਾਰਨਾ ਹੈਗਾ। ਤੋਤਾ ਜੀ, ਹੀਰਾ ਹੀਰਾ ਅੰਦਰ ਚੱਲ, ਤੇਰੇ ਲਈ ਅੱਗ ਬਾਲੀਏ ਮਾਈ, ਬਾਹਰ ਤੂੰ ਡਰਦਾ ਮਨ ਹੈ ਕੀ ਤੋਤਾ? ਚੱਲ ਚੱਲ ਚਲੀ, ਇਹਨੂੰ ਅੰਦਰ ਚੜਨਾ ਹੈ, ਮਿਊਰ ਬਲਕਿ ਮਿਊਰ ਨਾਲ ਚੜ ਗਿਆ, ਇਹਨੇ ਅੰਦਰ ਸਿੱਧੂ ਟਿਕਣਾ ਹੈਗਾ। ਇੱਧਰ ਬਣ ਰਹੀਆਂ ਜੀ ਰੋਟੀਆਂ, ਤੇ ਬੇਗਮ ਖਾ ਰਹੇ ਜੀ ਰਸ, ਹੀਰਾ ਦਾ ਨਾਂ ਲੈ ਕੇ ਬੈਠੀ ਹੈ ਜੀ ਹੀਰਾ ਅੱਬੂ ਹੋਰਾਂ ਦੇ ਕੋਲ, ਹੁਣ ਅੱਬੂ ਹੋਰਾਂ ਨਾਲ ਰੋਟੀ ਖਾਏਗੀ ਨਾ, ਕਿਉਂ ਹੀਰਾ ਹੀਰਾ ਪੁੱਤਰ ਅੱਬੂ ਨੇ ਰੋਟੀ ਖਾਣੀ? ਅੱਬੂ ਨੇ ਬੜਾ ਪਿਆਰ ਕਰਦੇ ਗਮਾ ਨੇ। ਓ ਲੈ 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 ਸਹੀ ਹੈ, ਚੱਲ ਬੁੱਕ ਭੇਜ ਇੱਥੇ, ਇੱਥੇ ਬਹਿ ਜਾ, ਹੁਣ ਇਹਨੂੰ ਭਾਵਨਾ ਕੋਈ ਨਹੀਂ ਆਉਂਦਾ, ਉੱਤੇ ਹੋ ਕੇ ਬਸ ਇੱਥੇ ਬਹਿ ਗਿਆ, ਖਵਾਓ ਸਰ। ਅਤੇ ਮੌਸਮ ਤਾਂ ਉਵੇਂ ਦਾ ਉਵੇਂ ਹੀ ਹੈਗਾ, ਲੇਕਿਨ ਇੱਕ ਜੇ ਉਹ ਲੁਹਾਰ ਬਾਈ ਹੈਗੇ ਲੋਹੇ ਵਾਲੇ, ਉਹ ਵੀ ਕਾਫੀ ਨਾ ਸਮਝੋ ਕਿ ਫੋਰਸ ਕਰਦੇ ਆਣਗੇ, ਅਤੇ ਥੋੜ੍ਹੇ ਬਹੁਤ ਚੱਲ ਕੇ ਉਹਨਾਂ ਨੂੰ ਮਸਜਿਦ ਦਾ ਜੇ ਕਰਨ ਲੈ ਕੇ ਮੈਂ ਥੋੜ੍ਹਾ ਥੋੜ੍ਹਾ ਉਤਾਰ ਲੈਂਦੇ ਹਾਂ, ਤਾਂ ਕਿ ਇਨਸ਼ਾਅੱਲਾ ਬਾਕੀ ਉਤਰ ਜਾਏਗਾ, ਚੱਲ ਕੇ ਉਹਨਾਂ ਨੂੰ ਵੀ ਦੇ ਲੈਂਦੇ ਹਾਂ ਵੀ, ਤਾਂ ਕਿ ਕੁਝ ਕਰਜ਼ ਉਤਰ ਜਾਏ, ਕੋਈ ਕੰਮ ਜਿਹੜਾ ਹੋ ਜਾਏ, ਇਨਸ਼ਾਅੱਲਾ ਇਸ ਤਰ੍ਹਾਂ ਸਾਰਾ ਸਿਸਟਮ ਹੋ ਜਾਏਗਾ। ਚੱਲਦੇ ਹਾਂ, ਚੱਲ ਕੇ ਉਹ ਬਾਈ ਹੋਰਾਂ ਨੂੰ ਜੇ ਇੰਨਾ ਕਿ ਥੋੜ੍ਹੇ ਬਹੁਤ ਪੈਸੇ ਦੇ ਲੈਂਦੇ ਹਾਂ, ਅਤੇ ਇਨਸ਼ਾਅੱਲਾ ਬਾਕੀ ਵੀ ਹੋ ਜਾਣਗੇ, ਅਤੇ ਚੱਲਦੇ ਹਾਂ ਦੁਕਾਨ 'ਤੇ, ਫਿਰ ਉੱਥੇ ਪਹੁੰਚ ਕੇ ਮੁਲਾਕਾਤ ਹੋਏਗੀ। ਅਤੇ ਅੱਬੂ ਹੋਰਾਂ ਕਹਿੰਦੇ ਕਿ ਕਿਉਂਕਿ ਮੇਰੇ ਸਕੂਟਰ 'ਤੇ ਮੈਂ ਤਕਰੀਬਨ ਸਮਝੋ ਕਿ ਕੱਲ੍ਹ ਦਾ ਇਸਤੇਮਾਲ ਹੀ ਨਹੀਂ ਕੀਤਾ, ਪਰਸੋਂ ਦਾ, ਉਹਦੀ ਟੈਂਕੀ ਨਵੀਂ ਪਵਾਈ ਹੈ, ਉਹ ਜੰਗ ਲੱਗ ਗਈ ਅਤੇ ਉਹ ਤੇਲ ਵਿੱਚ ਹੀ ਖਤਮ ਕਰ ਛੱਡਦੇ ਜੀ, ਇਸ ਕਰਕੇ ਬੋਲ ਮੋਟਰਸਾਈਕਲ 'ਤੇ ਜਾਣਾ ਹੈਗਾ। ਅੱਬੂ ਹੋਰਾਂ ਕਹਿੰਦੇ ਕਿ ਇੱਥੇ ਦੋ ਮਿੰਟ ਬੈਠਣ। ਹੈਲੋ ਅੱਬੂ ਜੀ, ਅੱਛਾ ਚਲੋ ਸਹੀ, ਬਿਲਾਲ ਨੂੰ ਤਾਂ ਭੇਜਦੇ ਅਜੇ, ਖੈਰ ਕੋਈ ਨਹੀਂ, ਮੇਰੇ ਸਵਾਲ ਦਾ ਜਵਾਬ ਮਿਲ ਗਿਆ ਅਤੇ ਇਹਦਾ ਰੋਟੀ ਪਾਣੀ ਚਲੋ ਚੱਲ ਰਿਹਾ ਹੈਗਾ। ਹੁਣ ਅੱਬੂ ਹੋਰਾਂ ਦੇ ਮੋਟਰਸਾਈਕਲ ਤੇਲ ਕੱਢ ਕੇ ਆਪਣੇ ਵਾਲੇ 'ਚ ਪਾ ਕੇ ਫਿਰ ਇਹਨੂੰ ਹੀ ਲੈ ਕੇ ਅਤੇ ਚੱਲਦੇ ਹਾਂ। ਵੇਖੋ ਕਿੰਨੀ ਜ਼ਿਆਦਾ ਧੁੰਦ ਹੈਗੀ, ਸ਼ਾਇਦ ਨਜ਼ਰ ਹੀ ਨਹੀਂ ਆਉਂਦੀ, ਬਹੁਤ ਹੀ ਜ਼ਿਆਦਾ ਧੁੰਦ ਹੈਗੀ। ਵੇਖੋ ਰੋਡ ਦਾ ਤਾਂ ਨਾਂ ਨਿਸ਼ਾਨ ਕੋਈ ਨਹੀਂ, ਦੁਕਾਨਾਂ ਕੋਈ ਨਹੀਂ ਨਜ਼ਰ ਆ ਰਹੀਆਂ, ਲੇਕਿਨ ਚੱਲਣਾ ਹੈਗਾ ਅਤੇ ਜ਼ਰੂਰੀ ਮੋੜਾ ਹੈਗਾ, ਮਸਜਿਦ ਦਾ ਕੰਮ ਹੈਗਾ ਅਤੇ ਮਸਜਿਦ ਦਾ ਕੰਮ ਇੱਕ ਆਦੀ ਦੇਰੀ, ਚੱਲਦੇ ਹਾਂ ਚੱਲ ਕੇ ਇੱਕ ਚੀਜ਼ ਹੋਰ ਦਾ ਹੀ ਪਤਾ ਕਰਨਾ। ਮਸਜਿਦ ਲਈ ਲੈਣਾ ਹੈਗਾ ਇੱਕ ਉਹ ਪਾਈਪ ਦਾ ਮੋੜ ਜਿਹਾ, ਬਾਕੀ ਥੋੜ੍ਹਾ ਬਹੁਤ ਹਿਸਾਬ ਕਿਤਾਬ ਆ ਉਹ ਕੀਤਾ ਹੈਗਾ, ਇਨਸ਼ਾਅੱਲਾ ਬਾਕੀ ਵੀ ਇਹਨਾਂ ਨੂੰ ਕਿਹਾ ਹੋ ਜਾਏਗਾ। ਉਹ ਵਾਲੇ ਪਿੱਛੋਂ ਲੈਣਾ ਹੈਗਾ, ਲੈ ਕੇ ਆਉਂਦਾ, ਹਾਂ ਆਈਓ ਆ ਲਾ, ਇੱਥੇ ਆ ਗਏ ਦੁਕਾਨ 'ਤੇ, ਅਤੇ ਠੰਡ ਤਾਂ ਇੰਨੀ ਹੈ ਤੂੰ ਡੋਂਦੀ। ਅਸਲਾਮ ਵਾਲੇਕੁਮ, ਕੀ ਹਾਲ ਨੇ, ਠੀਕ ਹੋ, ਤਬੀਤਾਂ ਸਿਹਤਾਂ? ਬਾਕੀ ਜੀ ਇਹ ਦੁਕਾਨ 'ਤੇ ਇੱਕ ਤਾਂ ਬਕਾਇਦਾ ਥੋੜ੍ਹਾ ਬਹੁਤ ਦੇਣਾ ਹੈਗਾ, ਤਾਂ ਬਾਕੀ ਇਨਸ਼ਾਅੱਲਾ ਗੱਲਬਾਤ ਕਰਨੀ। ਉਸ ਤੋਂ ਇਲਾਵਾ ਦੋ ਚੀਜ਼ਾਂ ਮੋਸਟ ਇੰਪੋਰਟੈਂਟ ਹੈਗੀਆਂ ਨੇ ਹਾਜ਼ਰ ਮੌਕੇ ਮਸਜਿਦ ਲਈ, ਇੱਕ ਹੈਗੀ ਘੋੜੀ ਜਿਹਦੇ ਉੱਤੇ ਖੜਾ ਹੋ ਕੇ ਬਲਬ ਵਗੈਰਾ ਜਾਂ ਕੰਮ ਸ਼ੰਮ ਕੀਤਾ ਜਾ ਸਕੇ, ਉਹ ਭਾਈ ਹੋਰ ਰੇਟ ਵਗੈਰਾ ਪੁੱਛਣੇ ਆ। ਤਾਂ ਉਸ ਤੋਂ ਇਲਾਵਾ ਹੈਗਾ ਕਿ ਲੱਕੜੀ ਦਾ ਫੱਟਾ ਜਿਹਦੇ ਉੱਤੇ ਮਈਅਤ ਨੂੰ ਉਸਲ ਦਿੱਤਾ ਜਾਂਦਾ ਹੈਗਾ, ਉਹ ਵਾਲਾ ਉਹ ਸਭ ਤੋਂ ਮੋਸਟ ਇੰਪੋਰਟੈਂਟ ਹੈ ਘੋੜੀ ਤੋਂ ਹੀ, ਅਤੇ ਉਹ ਤਾਂ ਭਾਈ ਉਤਾਰ ਨਹੀਂ ਕਰਦਾ ਹੈਗਾ, ਲੇਕਿਨ ਸ਼ਾਇਦ ਇਹ ਕਰ ਲੈਣਗੇ, ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਅਤੇ ਬਾਕੀ ਨਾ ਸੁਣਾਓ ਸਰ ਜੀ, ਐਂਗਲ ਵਿਖਾਓ ਮਸਜਿਦ ਲਈ ਘੋੜੀ ਜੇ ਨਾ ਬਣਾ ਕੇ ਦਿਓ, ਪੈਸੇ ਤੁਹਾਨੂੰ ਬਣਦੇ ਬਣਦੇ ਮਿਲ ਜਾਣਗੇ, ਅਗਲੇ ਥੋੜ੍ਹੇ ਬਹੁਤ ਇਹਨੂੰ ਹੈਗੇ ਨੇ ਮੈਂ ਉਹ ਦਿੰਦਾ, ਅਤੇ ਬਾਕੀ ਜਿਹੜੇ ਆ ਮੈਨੂੰ ਬਣਾ ਕੇ ਦੇ ਦਿਓ, ਇਨਸ਼ਾਅੱਲਾ ਜਿਵੇਂ ਮੇਰੇ ਕੋਲ ਆਏ ਮਸਜਿਦ ਦੇ ਮੈਂ ਤੁਹਾਨੂੰ ਪੇ ਕਰ ਦੇਵਾਂਗਾ ਇਨਸ਼ਾਅੱਲਾ। ਅਤੇ ਸਾਰੇ ਤੂੰ ਚੰਗੀ ਕਿਹੜੇ ਹੈਗੇ, ਬਣਾਉਣੀ ਚੰਗੀ ਹੈ ਕਿ 6 ਫੁੱਟ ਬਹੁਤ ਹੈ, ਇੱਦਾਂ ਨਹੀਂ ਬਣ ਜਾਂਦਾ, ਇੱਦਾਂ ਨਹੀਂ ਬਣਦੇ? ਅੱਛਾ ਚਲੋ ਠੀਕ ਹੋ ਗਿਆ, ਮੈਂ ਕਿਹਾ ਬਣਾ ਦਿਓ, ਲੇਕਿਨ ਬਾਈ ਹੋਰੀ ਕਹਿ ਰਹੇ ਕਿ 2-3 ਬੰਦਿਆਂ ਤੋਂ ਇਲਾਵਾ ਚਾਹੇ ਕਿ ਵੀ ਦੂਜੀ ਸਾਈਡ ਤੇ ਨਹੀਂ ਜਾਣੀ, ਇਸ ਲਈ ਇਹਦਾ ਕੋਈ ਫਾਇਦਾ ਨਹੀਂ। ਚਲੋ ਠੀਕ ਹੈ, ਫਿਰ ਤੁਸੀਂ ਇਹ ਬਣਾ ਦਿਆ ਜੀ, ਹਾਂਜੀ ਠੀਕ ਹੋ ਗਿਆ ਜੀ, ਭਾਈ ਹੋਰਾਂ ਨੇ ਕਰ ਦਿੱਤੇ ਸਰ, ਆਹ ਲੈ ਲਓ, ਅਤੇ ਬਾਕੀ ਵੀ ਇਨਸ਼ਾਅੱਲਾ ਜਿਹੜਾ ਬਕਾਇਆ ਗਿਆ ਆਹਿਸਤਾ ਆਹਿਸਤਾ ਜਿਵੇਂ ਜਿਵੇਂ ਬਣਦੇ ਗਏ ਮੈਂ ਜੇ ਤੁਹਾਨੂੰ ਪਹੁੰਚਾ ਦੇਵਾਂਗਾ ਇਨਸ਼ਾਅੱਲਾ। ਕੀ ਜੀ ਜਿਹੜੀ ਉੱਤੇ ਲਾਉਣੀ ਹੈ ਨਾ ਉਹ ਆਹ ਚੀਜ਼ ਹੋਣੀ ਹੈਗੀ, ਹਾਂ ਫਾਈਬਰ, ਅਤੇ ਚੰਗੇ ਵਾਲੀ ਬਾਈ ਵਾਲੇ ਸਨ ਇਹ ਵੀ ਜੇੜਨਾ,
ਲਗਾਣੀ ਮਸਜਿਦ ਵਿੱਚ ਜੇ ਨਾ ਉਹ ਵਿੰਡੋ ਦੇ ਉਤਲੀ ਜਗ੍ਹਾ ਤੇ ਹਾਂ ਉਦੋਂ ਵੀ ਤੁਹਾਨੂੰ ਦੱਸਿਆ ਸੀਗਾ ਅਤੇ ਇਹ ਜੇ ਚਲੋ ਲਾਵਾਂਗੇ ਇਨਸ਼ਾਅੱਲਾ ਹਿਸਾਬ ਇਹਦਾ ਵੀ ਦੂਜੇ ਬਾਈ ਨੂੰ ਪੈਸੇ ਦਿੱਤੇ ਆਣਗੇ ਉਹਦੇ ਕੋਲ ਲੈ ਕੇ ਫਿਰ ਤੁਹਾਨੂੰ ਦਿੰਦੇ ਹਾਂ ਅਤੇ ਤੁਸੀਂ ਇਹ ਕਰ ਦਿਓ ਫਿਰ ਠੀਕ ਹੈਗਾ ਭਾਈ ਹੋਰਾਂ ਨਾਲ ਗੱਲ ਕਰ ਲਈ ਇਹਦੇ ਨਾਲ ਦਾ ਫਾਈਬਰ ਅੱਛਾ ਜਿਹੜੀ ਵਿੰਡੋ ਤੁਸੀਂ ਬਣਾ ਕੇ ਦਿੱਤੀਆਂ ਨਾ 3 ਫੁੱਟ ਦੀਆਂ ਉਹਦੇ ਉੱਤੇ ਵੀ ਜਿਹੜਾ ਸ਼ੇਡ ਹੈਗਾ ਉਹ ਕਿੰਨੇ ਕੁ ਦਾ ਬਣੇਗਾ ਇੱਕ ਦਾ ਵੀ ਇਹ ਹੈਗਾ ਕਿ ਮੈਂ ਨਾ ਗਿਆ ਆਉਣ ਵਾਲੇ ਦਿਨਾਂ 'ਚ ਬੰਦੇ ਹਾਂ ਬਾਹਰਲੀ ਸਾਈਡ ਤੋਂ ਜੰਗ ਨਾ ਖਰਾਬ ਹੋ ਰਹੀਆਂ ਨੇ ਹਾਂ ਉਹਦਾ ਕੀ ਹਾਂ ਉਹ ਕਿੰਨੇ ਕੁ ਇੱਕ ਮਤਲਬ ਕਿ ਤਿੰਨਾਂ ਦਾ ਕਿੰਨਾ ਬਣੇਗਾ ਹਾਂ ਛੋਟੀਆਂ 3 ਨੇ ਅਤੇ 2 ਵੱਡੀਆਂ ਨੇ ਹਾਂ ਵੱਡੀਆਂ ਦਾ ਲਾਣਾ ਤਾਂ ਨਹੀਂ ਵੈਸੇ ਐਸਟੀਮੇਟ ਲਵਾ ਰਹੇ ਬਾਅਦ ਬੰਦੇ ਨੂੰ ਪਤਾ ਹੋ ਕਿਉਂਕਿ ਹਾਜ਼ਰ ਮੌਕੇ ਫਕਤ ਜੇ ਨਾ ਜਾਲੀ ਦੇ ਵਿੱਚ ਲੱਗਣ ਵਾਲੀ ਆਹ ਲਗਾਉਣ ਲੱਗਿਆ ਅਤੇ ਬਾਕੀ ਮੈਂ ਕਿ ਬਾਅਦ 'ਚ ਹੋ ਜਾਏਗਾ ਵੀਹ ਹਜ਼ਾਰ ਦੀਆਂ 5 ਦੀਆਂ ਚਲੋ ਕੋਈ ਨਹੀਂ ਇਨਸ਼ਾਅੱਲਾ ਇਹ ਤਾਂ ਵਕਤ ਜਦੋਂ ਆਉਣ ਵਾਲੇ ਵਕਤ 'ਚ ਇਨਸ਼ਾਅੱਲਾ ਵੇਖਾਂਗੇ ਅਤੇ ਬਾਕੀ ਆਹ ਸਮਝੋ ਹੈਗਾ ਭਾਈ ਦੂਜੇ ਕੋਲ ਮੈਂ ਪੈਸੇ ਲੈ ਕੇ ਨਾ ਤੁਹਾਨੂੰ ਦੇ ਦੇਵਾਂਗਾ ਆਹ ਜੇ ਚੀਜ਼ ਹੈਗੀ ਇਹ ਵੀ ਆਨੇ ਸਮਝੋ ਆਹ ਲਈ ਤੁਸੀਂ ਮੰਗਵਾ ਲਓ ਠੀਕ ਹੋ ਗਿਆ ਭਾਈ ਹੋਰਾਂ ਨੂੰ ਕਿਹਾ ਜੀ ਕਿ ਤੁਸੀਂ ਸਪੈਸ਼ਲ ਚਲੇ ਜਾਇਆ ਜੇ ਕੋਈ ਨਹੀਂ ਲੇਕਿਨ ਹੈਗਾ ਕੱਲ੍ਹ ਤੱਕ ਨਾ ਇਹ ਕੰਮ ਤੁਸੀਂ ਕਲੀਅਰ ਕਰੋ ਆਹ ਲਾ ਵੀ ਅਤੇ ਗੋੜੀ ਦੇ ਜਿਹੜੇ ਬਕਾਏ ਪੈਸੇ ਹੈਗੇ ਨੇ ਜਿਵੇਂ ਜਿਵੇਂ ਮੇਰੇ ਕੋਲ ਅੱਲਾ ਦੇ ਘਰ ਦਾ ਆਏ ਪੈਸੇ ਤਾਂ ਮੈਂ ਤੁਹਾਨੂੰ ਦਿੱਤੀ ਰੱਖਾਂਗਾ ਘਬਰਾਉਣਾ ਨਹੀਂ ਹੈਗੀ ਟੈਨਸ਼ਨ ਨਹੀਂ ਲੈਣੀ ਬਾਕੀ ਕੋਈ ਨਹੀਂ ਇਨਸ਼ਾਅੱਲਾ ਚੱਲਦੇ ਹਾਂ ਘਰਾਂ ਨੂੰ ਹੁਣ ਭਾਈ ਹੋਰਾਂ ਨਾਲ ਗੱਲਬਾਤ ਹੋ ਗਈ ਹੈਗੀ ਸਾਰੇ ਕੰਮ ਦੀ ਅਤੇ ਘਰੇ ਆ ਗਿਆ ਵਾਪਸ ਅਤੇ ਮਸਜਿਦ ਦਾ ਜਿਹੜਾ ਮੋਸਟ ਇੰਪੋਰਟੈਂਟ ਆ ਗਿਆ ਸਭ ਤੋਂ ਸਿਰ ਹੁਣ ਫੱਟਾ ਰਹਿ ਗਿਆ ਇਨਸ਼ਾਅੱਲਾ ਬਾਕੀ ਵੀ ਆਸਤੇ ਆਸਤਾ ਹੋ ਜਾਏਗਾ ਅਤੇ ਮਸਜਿਦ ਦਾ ਕੰਮ ਜਿਹੜਾ ਕਰਕੇ ਆ ਗਿਆ ਪੈਂਡਿੰਗ ਸੀ ਅੱਲਾ ਦਾ ਲੱਖ ਲੱਖ ਸ਼ੁਕਰ ਹੈਗਾ ਹੋ ਗਏ ਨੇ ਅਤੇ ਹੁਣ ਜਿਹੜਾ ਨਾ ਆਪਣਾ ਕੰਮ ਕਰ ਲੈਣਾ ਜਿਹੜੇ ਮੇਰੇ ਘਰ ਨਾਲ ਬਾਕੀ ਹੱਥ ਠਰ ਗਏ ਬਹੁਤ ਜ਼ਿਆਦਾ ਠੰਡੇ ਉਮੀਦ ਹੈ ਕਿ ਸੂਰਜ ਵੀ ਜਿਹੜਾ ਨਾ ਨਿਕਲਣ ਵਾਲਾ ਹੈਗਾ ਮਾਈ ਵਾਈਫ ਵੀ ਆ ਗਈ ਹੈ ਬੱਚੇ ਸੌਂਗੇ ਹੀਰਾ ਵੀ ਚਲੋ ਸਹੀ ਹੈ ਹੁਣ ਫਿਰ ਕੰਮ ਕਰੀਏ ਮੈਂ ਹਾਂ ਬਾਕੀ ਸਾਰੇ ਤਾਂ ਹੋ ਗਏ ਆਣਗੇ ਬੇਗਮ ਕਹਿ ਰਿਹਾ ਬਾਕੀ ਹੁਣ ਤਾਂ ਧੁੱਪ ਹੀ ਨਿਕਲ ਆਈ ਹੈ ਹਾਂ ਥੋੜ੍ਹੀ ਜਿਹੀ ਹੈ ਚਲੋ ਵਲੌਗ ਤੁਸੀਂ ਬਣਾਓ ਕੰਮ ਮੈਂ ਕਰਨਾ ਫਿਰ ਹੈ ਹਾਂਜੀ ਅਤੇ ਪਿੱਛਾ ਮੈਂ ਕਿ ਜੇ ਰਾਹ ਤੋਂ ਹਟਾ ਲਈਏ ਆਹ ਵੀ ਤੈਅ ਵੀ ਅਤੇ ਉਹ ਕਚਰਾ ਵੀ ਜਿਹੜਾ ਹੈਗਾ ਉਹਦੀ ਰੋਟੀ ਖੋਟ ਲਵਾਂਗਾ ਜਿਹਨੇ ਸਾਰੀਆਂ ਲਾਈਟ ਚੱਲਣਾ ਸਹੀ ਨਹੀਂ ਹੈਗਾ ਸਹੀ ਹੈਗਾ ਹਾਂ ਸਫਾਈ ਸਫਾਈ ਪਾ ਕੇ ਜੇ ਇਹਨੇ ਮਿੱਟੀ ਅੰਦਰ ਛੱਡ ਲਈ ਸਾਂ ਕੰਮ ਕਰ ਲੈਣੀ ਦੇਰ ਵਿੱਚ ਮੋਸਟ ਸਹੀ ਨਹੀਂ ਹਾਂਜੀ ਹਾਂਜੀ ਅਤੇ ਇੱਥੋਂ ਵਾਲੀਆਂ ਇੱਟਾਂ ਜਿਹੜੀਆਂ ਨੇ ਮੈਂ ਸਾਰੀਆਂ ਉੱਧਰ ਜਿਹੜੇ ਨਾ ਸੁੱਟਿਆ ਹੈਗਾ ਤੈਬਨ ਕਿਆ ਜੋੜੋ ਇਹ ਵਾਲੀਆਂ ਇੱਟਾਂ ਚੱਕ ਰਹੇ ਹਾਂ ਫਿਰ ਉਹ ਚੁੱਕ ਲਵਾਂਗਾ ਫਿਰ ਜਿਹੜਾ ਕੋਈ ਹੋਰ ਕੰਮ ਕਰਾਂਗਾ ਇਨਸ਼ਾਅੱਲਾ ਇਹ ਵੀ ਕਰ ਲੈਂਦੇ ਹਾਂ ਅਤੇ ਇੱਟਾਂ ਸਾਰੀਆਂ 'ਤੇ ਲੈ ਕੇ ਆ ਗਿਆ ਅਤੇ ਹੁਣ ਜਿਹੜਾ ਜੋੜ ਰਹੇ ਹੈਗੇ ਕੁਛ ਉੱਥੇ ਜੋੜ ਦਿੰਦੇ ਹਾਂ ਕੁਛ ਇੱਥੇ ਜੋੜ ਦਿੰਦੇ ਹਾਂ ਅਤੇ ਫਿਰ ਜੇ ਇਹਨਾਂ ਇਨਸ਼ਾਅੱਲਾ ਇੱਥੋਂ ਚੱਕ ਕੇ ਇਸਤੇਮਾਲ ਕਰ ਲਵਾਂਗੇ ਅਤੇ ਇਹਨਾਂ ਇੱਧਰੋਂ ਸਾਰੀ ਸਫਾਈ ਸੁਥਰਾ ਹੀ ਹੋ ਜਾਏਗੀ ਇਨਸ਼ਾਅੱਲਾ ਹਾਂਜੀ ਅਤੇ ਕੰਮ ਸ਼ੰਮ ਤਾਂ ਸਾਰਾ ਚੱਲ ਰਿਹਾ ਅਲਹਮਦੁਲਿਲਾ ਸ਼ੁਕਰ ਅਲਹਮਦੁਲਿਲਾ ਬੇਗਮ ਜੇ ਜੋੜ ਰਹੇ ਤਾਂ ਮੈਂ ਵੀ ਆਪਣੇ ਹਿੱਸੇ ਦਾ ਕੰਮ ਕਰ ਰਿਹਾ ਕਿ ਜਿੰਨਾ ਕੁ ਹੋ ਰਿਹਾ ਇੱਟਾਂ ਤਾਂ ਸਾੜ ਦਿੱਤੀਆਂ ਹੁਣ ਜਿਹੜੀਆਂ ਇੱਟਾਂ ਹਨ ਨਾ ਤੁਹਾਨੂੰ ਦੱਸ ਦਿੰਦਾ ਆਹ ਵਾਲੀਆਂ ਇਹ ਤੋਂ ਚਾਹਣ ਲੱਗਾ ਅਤੇ ਮਿੱਟੀ ਜਿਹੜੀ ਸੁੱਟਣ ਲੱਗਾ ਇੱਥੇ ਵੀ ਤਾਂ ਜਿਹੜਾ ਬੂਟਿਆਂ ਨੂੰ ਸ਼ਾਇਦ ਪਟਣਾ ਪਵੇ ਵੇਖਦੇ ਹਾਂ ਜੋ ਵੀ ਸੁੱਟ ਲਓ ਤੈਨੂੰ ਸੋਹਣੀ ਤਰ੍ਹਾਂ ਅਤੇ ਸਫਾਈ ਸੁਥਰਾਈ ਕਰਨੀ ਹੈਗੀ ਇਨਸ਼ਾਅੱਲਾ ਕਰ ਲੈਂਦੇ ਹਾਂ ਬਾਕੀ ਇੱਕ ਹੋਰ ਗੱਲ ਮੇਰੇ ਕੋਲ ਬਹੁਤ ਹੀ ਛੋਟੀ ਨੇ ਬਹੁਤ ਹੀ ਵੱਡੀ ਗਲਤੀ ਹੋ ਗਈ ਸੋਚਿਆ ਨਹੀਂ ਆ ਕੇ ਇਹ ਸਭ ਵੀ ਹੋ ਸਕਦਾ ਹੈਗਾ ਪਹਿਲੇ ਤਾਂ ਜ਼ਿਹਨ 'ਚ ਹੀ ਕੋਈ ਨਹੀਂ ਆ ਗਿਆ ਕਿ ਵੀ ਇਹ ਪਰੇਸ਼ਾਨੀ ਬਣੇਗੀ ਤੁਹਾਨੂੰ ਦੱਸਣੇ ਆ ਕਿ ਕੀ ਪਰੇਸ਼ਾਨੀ ਮੈਨੂੰ ਹੁਣ ਜ਼ਿਹਨ 'ਚ ਆਇਆ ਹੈਗਾ ਉਹ ਮੈਨੂੰ ਪਹਿਲੇ ਕਰਨਾ ਚਾਹੀਦਾ ਜਿਹੜਾ ਮੈਂ ਹੁਣ ਸੋਚ ਰਿਹਾ ਉਹ ਇਹ ਹੈਗਾ ਕਿ ਇੱਥੇ ਜੀ ਪਾਣੀ ਦਾ ਸਿੰਕ ਲੱਗਣਾ ਇਸ ਜਗ੍ਹਾ 'ਤੇ
ਤੇ ਪਾਣੀ ਕੱਢਣ ਲਈ ਮੈਂ ਜਾ ਹੀ ਖੂਨ ਬਣਾਇਆ। ਹੁਣ ਇਹਦੇ ਦੋ ਹੱਲ ਹੈ, ਜਾਂ ਤਾਂ ਤੂੰ ਪੈਪ ਟਪਾ ਕੇ ਬਾਹਰੋਂ ਮਿੱਟੀ ਮਿੱਟੀ ਲਵਾਵੇ, ਜਾਂ ਫਿਰ ਫਰਜ ਦੇ ਉੱਤੋਂ ਉੱਤੋਂ ਪੈਪ ਪਿੰਜ ਜਾਵੇ। ਇਹ ਪਹਿਲੇ ਦਿਨੇ ਚ ਖੂਨ ਆ ਗਿਆ, ਪਾਣੀ ਵੀ ਸਹੀ ਕਿੱਦਾਂ ਜਿਹਾ ਪਾਣੀ ਹੈਗਾ ਉਹਦਾ ਕੀ ਹਿਸਾਬ ਲੱਗੇਗਾ। ਖੈਰ ਕੋਈ ਨਹੀਂ ਹੈਗੇ, ਹੁਣ ਮਿਸਤਰੀ ਕੋਲ ਮਸ਼ਵਰਾ ਕਰਾਂਗੇ, ਜੋ ਵੀ ਗੱਲਬਾਤ ਹੋਈ ਇਨਸ਼ਾਅੱਲਾ। ਪੈ ਗਿਆ ਨਾ, ਆਪਾਂ ਪਾਣੀ ਦਾ ਬੰਦੋਬਸਤ ਹੀ ਕੋਈ ਨਹੀਂ ਕੀਤਾ, ਮੈਂ ਹੁਣ ਗੌਰ ਕੀਤਾ। ਸਿੰਕ ਦਾ ਥੱਲੋਂ ਪਾਈਪ ਵਗੈਰਾ ਕੋਈ ਨਹੀਂ ਕੱਢਿਆ, ਹਾਂ ਸਿੰਕ ਵਗੈਰਾ ਲਈ। ਕੋਈ ਨਹੀਂ ਇਨਸ਼ਾਅੱਲਾ, ਮਿਸਤਰੀ ਬਾਈ ਨੂੰ ਕਿਹਾ ਹੈਗਾ ਕਿ 5-10 ਮਿੰਟ ਦਾ ਹੈਗਾ, ਜੋ ਕਹਿੰਦੇ ਇੱਥੇ ਪਿਆ ਪਿਆ ਜੀ ਸਾਡਾ ਸਿੰਕ ਜਿਹੜਾ ਨਾ ਖਰਾਬ ਨਾ ਹੋ ਜਾਵੇ, ਉੱਥੇ ਵੱਟਾ ਵੱਟਾ ਲੱਗ ਗਿਆ ਅਤੇ ਚਿੱਬਾ ਹੋ ਜਾਣਾ, ਬੇਕਾਰ ਹੋ ਜਾਣਾ, ਹੈ ਨਾ। ਹਾਂ ਬੜੀ ਮਿਹਨਤ ਨਾਲ ਲਿਆ ਗਿਆ, ਅਤੇ ਇਹ ਜਿਹੜਾ ਹੈਗਾ ਇਹ ਵੀ ਲਗਵਾ ਦੇਣਾ ਹੈਗਾ। ਬਾਕੀ ਇੱਟਾਂ ਸ਼ਿੱਟਾਂ ਜੋੜ ਲੈਂਦੇ ਹੈਗੇ, ਕਿਉਂਕਿ ਇਹ ਬੇਗਮ ਹੋਰਾਂ ਜੋੜਨੇ ਹਨ ਗਿਆ ਇੱਟਾਂ, ਅਤੇ ਮੈਂ ਬਾਹਰਲੀ ਸਫਾਈ ਵਗੈਰਾ ਕਰਨੀ ਹੈਗੀ। ਕੰਮ ਸ਼ੰਮ ਕਾਫੀ ਹੈਗੇ ਨੇ, ਇਸੇ ਦੇ ਨਾਲ ਇਹ ਵਾਲਾ ਵਲੋਗ ਕਰਾਂਗੇ ਅਤੇ ਖਤਮ। ਮਿਲਾਂਗੇ ਇਨਸ਼ਾਅੱਲਾ ਤੁਹਾਡੇ ਭੈਣ ਭਾਈਆਂ ਨੂੰ ਨੈਕਸਟ ਵਲੋਗ ਵਿੱਚ। ਆਪਣਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਕਿਉਂਕਿ ਸ਼ੋਰਟ ਜਿਹਾ ਵਲੋਗ ਆ ਗਿਆ, ਰਾਤ ਨੂੰ ਕਾਫੀ ਲੰਬਾ ਹੋ ਗਿਆ, ਮੈਨੂੰ ਖੁਦ ਨੂੰ ਅੱਛਾ ਫੀਲ ਹੋਇਆ ਗਿਆ, ਲੇਕਿਨ ਮੈਂ ਅੱਗੇ ਬਣ ਗਿਆ, ਚਲੋ ਅਪਲੋਡ ਕਰ ਦਈਏ ਅਤੇ ਇਨਸ਼ਾਅੱਲਾ ਮਜ਼ੀਦ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਜੋ ਕੰਮ ਸ਼ੰਮ ਕੀਤਾ ਗਿਆ। ਅਤੇ ਮਿਲਾਂਗੇ ਤੁਹਾਨੂੰ ਅਗਲੇ ਵਲੋਗ ਵਿੱਚ। ਅੱਲਾ ਹਾਫਿਜ਼। ਕੰਮ ਸ਼ੰਮ ਅਸੀਂ ਕਰਨ ਲੱਗੇ ਹਾਂ ਆਪਣਾ।